बॉलीवुड एक्ट्रेस जैकलीन फर्नांडीज अज पुछगिछ विच शामिल होने के लिए ईडी के दिल्ली दफ्तर में पहुंची। जैकलीन फर्नांडीज सुकेश चंद्रशेखर के नाल जुड़े 200 करोड़ रुपए के जबरन वसूली मामले के विच गवाह है। ईडी ने जैकलीन नू तीसरी बार इस मामले विच पुछगिछ दे लई बुलाया है। सुकेश दिल्ली की तिहाड़ जेल दे विच बंद है। जैकलीन नू एतवार शाम नू मुंबई एयरपोर्ट ते विदेश जाण तों रोक दिता गया सी। ਉਹ ਸਲਮਾਨ ਖਾਨ ਦੇ ਦ ਬੈਂਕ ਟੂਰ ਦੇ ਲਈ ਰਿਆਤ ਜਾ ਰਹੀ ਸੀ। ਇਸ ਮਾਮਲੇ ਵਿੱਚ ਈਡੀ ਨੇ ਐਕਟ੍ਰੈਸ ਨੋਰਾ ਫਤਿਹੀ ਤੋਂ ਵੀ ਪੁੱਛਗਿੱਛ ਕੀਤੀ ਹੈ। ਈਡੀ ਦੇ ਮੁਤਾਬਿਕ ਸੁਕੇਸ਼ ਦੇ 200 ਕਰੋੜ ਰੁਪਏ ਦੀ ਜਬਰਨ ਵਸੂਲੀ ਮਾਮਲੇ ਵਿੱਚ ਜੈਕਲੀਨ ਅਹਿਮ ਗਵਾਹ ਹੈ। ਆਰੋਪ ਹੈ ਕਿ ਜੈਕਲੀਨ ਸੁਕੇਸ਼ ਦੇ ਨਾਲ ਡੇਟ ਕਰ ਰਹੀ ਸੀ। ਇਸ ਦੌਰਾਨ ਕੌਨਮੈਨ ਸੁਕੇਸ਼ ਨੇ ਜੈਕਲੀਨ ਨੂੰ ਕਈ ਮਹਿੰਗੇ ਤੋਹਫ਼ੇ ਦਿੱਤੇ ਸਨ, ਜਿਨ੍ਹਾਂ ਵਿੱਚ ਜਵੈਲਰੀ, ਕਰੋਕਰੀ, 4 ਮਹਿੰਗੀਆਂ ਬਿੱਲੀਆਂ ਅਤੇ 1 ਘੋੜਾ ਸ਼ਾਮਲ ਹੈ। ਇਹਨਾਂ ਬਿੱਲੀਆਂ ਦੀ ਕੀਮਤ 9 ਲੱਖ ਰੁਪਏ, ਉੱਥੇ ਹੀ ਘੋੜੇ ਦੀ ਕੀਮਤ 52 ਲੱਖ ਰੁਪਏ ਦੱਸੀ ਜਾ ਰਹੀ ਹੈ। ਈਡੀ ਨੇ ਛਾਪੇਮਾਰੀ ਤੋਂ ਬਾਅਦ ਕਿਹਾ ਸੀ ਕਿ ਸੁਕੇਸ਼ ਚੰਦਰਸ਼ੇਖਰ ਇਸ ਧੋਖਾਧੜੀ ਦਾ ਮਾਸਟਰਮਾਈਂਡ ਹੈ। ਉਹ 17 ਸਾਲ ਦੀ ਉਮਰ ਤੋਂ ਅਪਰਾਧ ਦੀ ਦੁਨੀਆ ਦਾ ਹਿੱਸਾ ਰਿਹਾ ਹੈ। ਈਡੀ ਨੇ 24 ਅਗਸਤ ਨੂੰ ਸੁਕੇਸ਼ ਦੇ ਚੇਨਈ ਵਿੱਚ ਸੀ ਫੇਸਿੰਗ ਬੰਗਲੇ ਨੂੰ ਸੀਜ਼ ਕਰ ਦਿੱਤਾ ਸੀ। ਉਸ ਬੰਗਲੇ ਤੋਂ 82.5 ਲੱਖ ਰੁਪਏ ਅਤੇ 2 ਕਿਲੋ ਸੋਨਾ ਅਤੇ 12 ਤੋਂ ਜ਼ਿਆਦਾ ਲਗਜ਼ਰੀ ਕਾਰਾਂ ਬਰਾਮਦ ਕੀਤੀਆਂ ਗਈਆਂ ਸਨ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।